ਹਾਜ਼ਰੀ ਪ੍ਰਵਾਨ ਕਰਿਓ। ਜਿਹੜੇ ਜਿਹੜੇ ਮਾਂ ਨੂੰ ਪਿਆਰ ਕਰਦੇ ਨੇ ਹੱਥ ਖੜੇ ਕਰੋ, ਫੜਾਓ ਉਸ ਮਾਂ ਨੂੰ ਜਿਹੜੇ ਸਾਡੇ ਘਰ 'ਚ ਬੈਠੀ, ਜਿਹਨੇ ਸਾਨੂੰ ਜਨਮ ਦਿੱਤਾ ਹੈ। ਬੇਅੰਤ ਮਾਇਆ ਹੀ ਹੈ ਜੀ ਮਾਸਟਰ ਪਰਸਰਾਮ ਕਲੱਬ ਨੂੰ ਸਹਾਇਤਾ ਬੋਲ ਸਾਚੇ ਦਰਬਾਰ ਕੀ ਜੈ। ਮਾਂ ਇੱਕ ਉਹ ਮਾਂ ਜਿਹਨੇ ਸਾਨੂੰ ਜਨਮ ਦਿੱਤਾ, ਇੱਕ ਇਹ ਮਾਂ ਸ਼ੇਰ ਤੇ ਸਵਾਰ, ਸ਼ੇਰ ਤੇ ਸਵਾਰ ਮਾਂ। ਇਹ ਦੋ ਮਾਵਾਂ ਵਿੱਚ ਕੀ ਅੰਤਰ ਹੈ? ਕੋਈ ਅੰਤਰ ਨਹੀਂ। ਕਹਿਣ ਦਾ ਭਾਵ, ਅਗਰ ਅਸੀਂ ਆਪਣੀ ਉਸ ਮਾਂ ਦੀ ਸੇਵਾ ਨਹੀਂ ਕਰਦੇ ਜਿਹੜੀ ਸਾਡੇ ਘਰ 'ਚ ਬੈਠੀ ਹੈ, ਤਾਂ ਸ਼ੇਰਾਂ ਵਾਲੀ ਮਾਂ ਦੇ ਚਰਨਾਂ ਵਿੱਚ ਵੀ ਕੋਈ ਥਾਂ ਨਹੀਂ। ਇੱਕ ਜਨਮ ਦੇਣ ਵਾਲੀ ਮੇਰੀ ਮਾਂ, ਇੱਕ ਵਾਰੀ ਤਾੜੀ ਮਾਰ ਦਿਓ ਮਾਂ ਦੇ ਨਾਂ ਦੇ ਉੱਤੇ। ਇੱਕ ਕਰਮ ਦੇਣ ਵਾਲੀ ਮੇਰੀ ਮਾਂ, ਇੱਕ ਕਰੇ ਸਵਾਰੀ ਸ਼ੇਰਾਂ ਦੀ, ਇੱਕ ਮਾਠੀ ਵਿੱਚ ਪਰਿਵਾਰ ਮਿਲੇ ਮੇਰੇ ਸਿਰ ਤੇ ਹੱਥ ਦੋ। ਇਹਨਾਂ ਨੂੰ ਕੀ ਪਤਾ ਚੱਲਦਾ, ਜਿਹੜਾ ਮੇਰੀ ਕੁੱਖੋਂ ਜੰਮਿਆ ਇਹ ਕੋਈ ਰੱਬ ਦਾ ਅਵਤਾਰ ਵੀ ਹੋ ਸਕਦਾ ਹੈ? ਪਤਾ ਉਦੋਂ ਚੱਲਦਾ ਜਦੋਂ ਵਿਛੋੜੇ ਪੈਂਦੇ ਨੇ। ਇਹ ਮਾਵਾਂ ਵਿਚਾਰੀਆਂ ਹੁਣ ਕੋਲ ਹੁੰਦੀਆਂ ਨੇ, ਰੱਬ ਨੂੰ ਵੀ ਲੇਖਾ ਚੋਖਾ ਦੇਣਾ ਪੈਂਦਾ ਇਹਨਾਂ ਮਾਵਾਂ ਦਾ। ਜਿਵੇਂ ਕਿ ਬਾਬਾ ਜੀ ਨੂੰ 12 ਸਾਲ ਦੀ 12 ਘੜੀ ਦੀ ਸੇਵਾ ਬਦਲੇ ਮਾਤਾ ਰਤਨੋ ਦੇ ਘਰ 12 ਸਾਲ ਗੁਜ਼ਾਰਨੇ ਪਏ। ਉਹ ਕਿਹੋ ਜੀ ਮਾਂ ਸੀ ਧਿਆਨ ਦਿਓ। ਪਿਆਰ ਵੇਖੋ, ਫਿਰ ਰੋਟੀ ਖਾ ਲੈ ਆ ਕੇ ਗਊਆਂ ਦੀਆਂ
ਮੈਂ ਰੋਟੀ ਲੈ ਕੇ ਆਈ ਹੋਈ ਹਾਂ।
ਲੱਗਦਾ ਮੇਰੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੈ। ਤੇ ਮਾਂ ਕਹਿਣ ਲੱਗੀ, ਸੇਵਾ ਕਾਹਦੀ ਸੇਵਾ? ਸੇਵਾ ਤੂੰ ਨਹੀਂ, ਸੇਵਾ ਤਾਂ ਤੇਰੀ ਮੈਂ ਕੀਤੀ ਹੈ। ਮੈਂ ਘਿਓ ਨਾਲ ਘਿਓ, ਦੁੱਧ ਨਾਲ ਦੁੱਧ, ਲੱਸੀ ਨਾਲ ਲੱਸੀ, 12 ਸਾਲ ਤੈਨੂੰ ਰੋਟੀਆਂ ਖਵਾਉਂਦੀ ਰਹੀ। ਬਾਬਾ ਜੀ ਕਹਿੰਦੇ ਨੇ, ਇਹਨਾਂ ਪਿੰਡ ਦੇ ਲੋਕਾਂ ਨੂੰ ਆਖੋ ਆਪਣੀਆਂ ਉੱਜੜੀਆਂ ਹੋਈਆਂ ਫਸਲਾਂ ਇੱਕ ਵਾਰੀ ਫਿਰ ਦੁਬਾਰਾ ਵੇਖ ਕੇ ਆਉਣ। ਪਿੰਡ ਦੇ ਲੋਕ ਕਹਿੰਦੇ ਨੇ, ਵਿਸ਼ਵਾਸ ਤਾਂ ਨਹੀਂ ਆਉਂਦਾ। ਅਗਰ ਇਹ ਬਾਲਕ ਕਹਿੰਦੇ ਅਸੀਂ ਆਪਣੀਆਂ ਉੱਜੜੀਆਂ ਹੋਈਆਂ ਫਸਲਾਂ ਇੱਕ ਵਾਰੀ ਫਿਰ ਦੁਬਾਰਾ ਵੇਖ ਕੇ ਆਉਂਦੇ। ਸਭੀ ਸਾਰੀ ਪੁਲਿਸ ਔਰ ਪਿੰਡ ਦੇ ਲੋਕ ਜੈ ਜੈਕਾਰ ਕਰਨ ਲੱਗੇ। ਮੇਰੇ ਨਾਲ ਲੜਕੇ
ਕੇ ਸਤਸੰਗ ਸੁਣਨਾ ਬਹੁਤ ਜ਼ਰੂਰੀ ਹੈ ਇਨਸਾਨ ਦੀ ਜ਼ਿੰਦਗੀ ਲਈ। ਨਾਮ ਦੀਆਂ ਪੌੜੀਆਂ ਕੀ ਹੈ, ਜਿਹੜਾ ਕਹਿੰਦਾ ਹੈ ਮੈਨੂੰ ਪਤਾ ਨਹੀਂ ਪੌੜਾ ਹਰੇ ਕਿੱਦਾਂ ਦੇ ਹੋਣਗੇ, ਮੈਂ ਕਦੇ ਦਰਸ਼ਨ ਨਹੀਂ ਕੀਤੇ, ਆ ਭੇਡ ਧਿਆਨ ਨਾਲ ਸੁਣਿਓ। ਹਾਂ ਉਹੀ ਲੱਗਣ ਲੱਗੀ, ਉਹੀ ਲੱਗਣ ਲੱਗੀ। ਹੁਣ ਰੱਬ ਦੇ ਆਸਰੀ ਹੈ, ਡਾਕਟਰ ਵੀ ਜਵਾਬ ਦੇ ਦਿੰਦੇ ਨੇ, ਉਸ ਵੇਲੇ ਪੌੜਾ ਹਰ ਦੀ ਅਦਾਲਤ ਖੁੱਲਦੀ। ਜਿਹੜਾ ਕਹਿੰਦਾ ਆ ਗੱਲ ਕੰਮ ਦੀ ਮੈਂ ਕਹਿਣ ਲੱਗਿਆ, ਧਿਆਨ ਨਾਲ ਸੁਣੋ ਸੁਣ ਲਿਓ, ਜਿਹੜਾ ਕਹਿੰਦਾ ਮੈਨੂੰ ਕਦੇ ਦਰਸ਼ਨ ਨਹੀਂ ਹੋਏ, ਆ ਭੇਡ ਧਿਆਨ ਨਾਲ ਸੁਣਿਓ, ਜਿਹੜਾ ਕਹਿੰਦਾ ਕਦੇ ਦਰਸ਼ਨ ਨਹੀਂ ਹੋਏ ਉਹਨੂੰ ਦਰਸ਼ਨ ਜ਼ਰੂਰ ਹੋ ਜਾਣਗੇ। ਮੰਨ ਲਓ ਆਪਾਂ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ, ਉਹਦੇ ਲਈ ਸਾਨੂੰ ਤੁਰਨਾ ਪਏਗਾ, ਸਟੈਪ ਬਾਏ ਸਟੈਪ ਜਾਣਾ ਪਏਗਾ। ਇਸੇ ਤਰ੍ਹਾਂ ਹੀ ਅਗਰ ਪੌੜਾ ਹਰੀ ਦੇ ਦਰਸ਼ਨ ਕਰਨੇ ਨੇ, ਸਾਨੂੰ ਕਦਮ ਬਾਈ ਕਦਮ ਉੱਥੇ ਤੱਕ ਪਹੁੰਚਣਾ ਪੈਣਾ। ਅਸੀਂ ਦੇਖਣਾ ਕਿ ਸਾਨੂੰ ਚੱਲ ਕੇ ਜਾਣਾ ਪੈਣਾ ਪੌੜਾ ਹਰੀ ਤੱਕ। ਉਹ ਮੰਜ਼ਿਲ ਕੀ ਹੈ, ਪਹਿਲਾ ਪੌੜਾ ਕਿਹੜਾ, ਦੂਜਾ ਪੌੜਾ, ਤੀਜਾ, ਚੌਥਾ, ਪੰਜਵਾਂ ਪੌੜਾ, ਔਰ ਇਕੱਲੇ ਇਕੱਲੇ ਪੌਦੇ ਦੇ ਉੱਤੇ ਕਿਹੋ ਜਿਹਾ ਆਨੰਦ ਹੈ। ਪਹਿਲੇ ਪੌਦੇ ਉੱਤੇ ਤੇਰੇ ਮਨ ਵਿੱਚ ਬਾਬਾਜੀ ਦਾ ਵਾਸ ਹੋਊਗਾ, ਦੂਜੇ ਪੌਦੇ ਉੱਤੇ ਸਭ ਵਿਸ਼ਿਆਂ ਵਿਚਾਰਾਂ ਵਾਲਾ ਦਾਸ ਹੋਊਗਾ, ਚੌਥਾ ਪੌਡਾ ਕਿਹੜਾ, ਲੁੱਟੇਗਾ ਰਜਾਰੇ ਦੇਖੀ ਚੌਥੇ ਪੌਡੇ ਉੱਤੇ ਜਦੋਂ ਪੈਰ ਧਰੇਗਾ, ਪੰਜ ਪੌਡਿਆਂ ਦੇ ਉੱਤੇ ਪਹੁੰਚ ਕੇ ਸਵਰਗਾਂ ਦੀ ਸਾਰ ਕਰੇਗਾ, ਨਾਮ ਦੀ ਕਮਾਈ ਤੇਰੇ ਕੰਮ ਆਊਗੀ। ਨਾਮ ਦੀ ਕਮਾਈ ਤੇਰੇ ਕੰਮ ਆਊਗੀ, ਨਾਮ ਜਪ ਤਾਂ ਸਹੀ ਬਾਬਾ ਜੀ ਦੇ ਨਾਮ ਦੀਆਂ ਪੌੜੀਆਂ ਦੇ ਨਾਲ ਕੇ, ਨਾਮ ਜਪ ਤਾਂ ਸਹੀ। ਪੰਜ ਪੌਡੇ ਹੋਵੇ, ਛੇਵਾਂ ਪੌਡਾ ਕਿਹੜਾ, ਛੇਵੇਂ ਪੌਡੇ ਉੱਤੇ ਬਹਿ ਕੇ ਭਗਤੀ ਦੇ ਰਸਤਾ ਜ਼ਰੂਰ ਆਊਗਾ, ਸੱਤਵੇਂ ਤੇ ਦੇਖੀ ਤੇਰੇ ਚਿਹਰੇ ਉੱਤੇ ਵੱਖਰਾ ਹੀ ਨੂਰ ਛਾਊਗਾ,
ਕਰਨ ਵਾਲੇ ਬਾਬਾ ਜੀ ਦੇ ਨਾਮ ਦੀਆਂ ਬਾਣੀਆਂ ਦੇ ਸਾਖੀਆਂ ਨਾਲ ਜੁੜਦਾ ਸੀ। ਅੱਠ ਪੋਟੇ ਹੋਵੇ, ਨੌਵਾਂ ਪੋਟਾ ਕਿਹੜਾ ਹੈ? ਪਰ ਕਿਹੜੇ ਪੋਟੇ ਦੇ ਬੈਠਾ ਪਾਉਣਾ ਹਰੀ? ਨੌਵਾਂ ਪੋਟਾ ਕਰੂ ਤੈਨੂੰ ਨੌਵਾਂ ਦਰਵਾਜ਼ਿਆਂ ਤੋਂ ਬਾਹਰ ਸੁੱਖਿਆ, ਦਸਵੇਂ ਸੀ ਉੱਤੇ ਜਾ ਕੇ ਖੁੱਲ ਜੂਗਾ ਦਸਵਾਂ ਦੁਆਰ ਸੁੱਖਿਆ। ਦਸਵਾਂ ਦੁਆਰ ਕਿਹੜਾ? ਆ ਇੱਥੇ ਪਾਉਣਾ ਹਰੀ ਬੈਠਾ। ਨੌ ਦਰਵਾਜ਼ੇ ਅੰਦਰ ਫਿੱਟ ਕੀਤੇ ਹੋਏ ਨੇ। ਜਦੋਂ ਆਪਾਂ ਕਈ ਵਾਰੀ ਸੁਪਨਾ ਵੇਖਦੇ ਹਾਂ, ਸੁਪਨਾ ਸੁਪਨੇ ਦੇ ਵਿੱਚ ਸਾਡੀ ਉਹ ਤੀਸਰੀ ਅੱਖ ਰਾਤ ਨੂੰ ਘੁੰਮਦੀ ਹੈ, ਆਪਾਂ ਇੱਥੇ ਬੈਠੇ ਹੁੰਦੇ ਹਾਂ ਤਾਂ ਸਾਡੀ ਸੋਚ ਜਿਹੜੀ ਹੈ ਉਹ ਘਰ ਚਲੀ ਜਾਂਦੀ ਹੈ। ਉਹ ਤੀਸਰੀ ਅੱਖ ਹੈ, ਉਹ ਹੈ ਦਸਵਾਂ ਦੁਆਰ। ਉਹ ਕਿਵੇਂ ਖੁੱਲਦਾ? ਕਿੱਥੇ ਬੈਠਾ ਪਾਉਣਾ ਹਰੀ? ਨੌਵਾਂ ਪੋਟਾ ਕਰੂ ਤੈਨੂੰ ਨੌਵਾਂ ਦਰਵਾਜ਼ਿਆਂ ਤੋਂ ਬਾਹਰ ਸੁੱਖਿਆ, ਦਸਵੇਂ ਦੇ ਉੱਤੇ ਜਾ ਕੇ ਖੁੱਲ ਜੂਗਾ ਦਸਵਾਂ ਦੁਆਰ ਸੁੱਖਿਆ, ਗਿਆਰਵੇਂ ਤੇ ਬੈਠਾ ਹੋ ਕੇ ਮੋੜ ਦੇ ਸਵਾਰ ਤੇ ਬੈਠਾ ਹੋ ਕੇ ਮੋੜ ਦੇ ਸਵਾਰ ਜਿਹੜਾ ਤੱਕ ਦੱਸ। ਬਾਬਾ ਜੀ ਦੇ ਨਾਮ ਦੀਆਂ ਪੌੜੀਆਂ ਤੇ ਬੈਠ ਕੇ ਨਾਲ ਦੱਸ। ਇਸ ਕਰਕੇ ਲਿਖਿਆ ਸੀ ਉਹ ਤਕਦੀਰ ਡੁੱਬਦੇ ਨੇ ਆ।
ਕਦਰ ਕੀ ਹੈ ਕੀ ਹੋਇਆ ਜੇ ਬਿਖਰ ਚੁੱਕੇ ਨੇ ਨਜ਼ਰ ਮੇਰੀ ਦੇ ਮੋਤੀ ਮਨ ਦੀਆਂ ਨਜ਼ਰਾਂ ਦੇ ਨਾਲ ਕਹਾਣੀ ਕੀ ਹੈ ਜੂਟ ਗੁਫਾ ਦੇ ਪਹਾੜ ਸੰਗ ਦੀ ਸੁਣ ਲਓ ਅਜਬ ਕਹਾਣੀ ਸਹਿਜ ਚੰਦ ਇੱਕ ਰਾਜਾ ਸੀ ਤੇ ਇੱਕ ਸੀ ਉਸਦੀ ਰਾਣੀ ਸੌ ਸਾਲ ਤੋਂ ਵੱਧ ਸਮਾਂ ਸਨ 1881 ਸੋਹਣੀ ਧਰਤੀ ਹਿਮਾਚਲ ਜ਼ਿਲ੍ਹਾ ਗੁਰਦਾਸਪੁਰੇ ਦਾ ਵਾਸੀ ਰਾਜਾ ਰਾਣੀ ਸੋਚਾਂ ਦੇ ਵਿੱਚ ਡੁੱਬੇ ਤੁਰਨਾ ਚਾਹੀਏ ਆਪ ਜਹਾਨੋਂ ਵਿੱਚ ਵਿਚਾਰਾ ਖੁੱਬੇ ਪੜੀ ਦੀ ਉਹ ਕਿਸੇ ਗੈਰ ਬੱਚੇ ਦੀ ਧੋਖੀਆਂ ਭਰੀ ਕਹਾਣੀ ਉਸ ਦੀਆਂ ਕੱਟੀਆਂ ਅੰਗਾਂ ਤੇ ਇਸ਼ਨਾਨ ਕਰੇ ਮਹਾਰਾਣੀ ਹਿਮਾਚਲ ਪ੍ਰਦੇਸ਼ ਦਾ ਇੱਕ ਰਾਜਾ ਹੋਇਆ ਜਿਸਦਾ ਨਾਮ ਸੈਲ ਚੰਦ ਸੀ ਉਹਦੇ ਘਰ ਕੋਈ ਔਲਾਦ ਨਹੀਂ ਸੀ ਉਸ ਸਮੇਂ ਦੇ ਪਖੰਡੀ ਲੋਕਾਂ ਨੇ ਰਾਜੇ ਨੂੰ ਗੁਮਰਾਹ ਕਰ ਲਿਆ ਰਾਜਾ ਤੇਰੇ ਘਰ ਪੁੱਤਰ ਹੋ ਸਕਦਾ ਜੇ ਤੂੰ ਕਿਸੇ ਗੈਰ ਬੱਚੇ ਦੀ ਬਲੀ ਦੇਵੇ ਅਤੇ ਉਸ ਦੀਆਂ ਕੱਟੀਆਂ ਅੰਗਾਂ ਉੱਤੇ ਤੇਰੀ ਮਹਾਰਾਣੀ ਇਸ਼ਨਾਨ ਕਰੇ ਤਾਂ ਤੇਰੇ ਘਰ ਪੁੱਤਰ ਹੋ ਸਕਦਾ ਰਾਜੇ ਨੇ ਪੁੱਤਰ ਦੀ ਪ੍ਰਾਪਤੀ ਲਈ ਕੀ ਕੀਤਾ ਬਸ ਖੱਡੀਆਂ ਬਹਿ ਕੇ ਰਾਜਾ ਭੁੱਲ ਗਿਆ ਦੁੱਖ ਪਰਾਇਆ ਭਾਲ ਬੱਚੇ ਦੀ ਕਰਦਾ ਕਰਦਾ ਧਰਤੀ ਜਿੱਥੇ ਪੌਣਾ ਹਰੀ ਜੋਗੀ ਨੇ 12 ਸਾਲ ਮਾਤਾ ਰਤਨ ਉਹਦੇ ਘਰ ਗੁਜ਼ਾਰੇ ਰਾਜਾ ਇਹੋ ਜਿਹੇ ਬੱਚੇ ਦੀ ਤਲਾਸ਼ ਕਰਦਾ ਕਰਦਾ ਸਾਤ ਲਾਈ ਦੀ ਧਰਤੀ ਤੇ ਆ ਪਹੁੰਚਿਆ ਕੀ ਵੇਖ ਰਿਹਾ ਕੇਖ ਆਚੜੀ ਰੁਕਿਆ ਰਾਜਾ ਵੱਧ ਹੀ ਨਾਲ ਮੁਸਕਾਵੇ ਮਨੀ ਘਾਤ ਨਾਲ ਇੱਕ ਬੱਚਾ ਪਸ਼ੂ ਚਲਾਵਣ ਜਾਵੇ ਮਨੀ
ਰਜਨੀਕਾਂਤ ਨਾਂ ਦਾ ਬੱਚਾ ਪਸ਼ੂ ਚਾਰ ਰਿਹਾ। ਰਾਜੇ ਨੇ ਫੈਸਲਾ ਕਰ ਲਿਆ, ਮੈਂ ਇਸਦੀ ਬਲੀ ਦੇਵਾਂਗਾ, ਇਸ ਦੇ ਕਾਰਨ ਮੇਰੇ ਘਰ ਪੁੱਤਰ ਹੋਏਗਾ। ਰਾਜੇ ਨੇ ਕੀ ਕੀਤਾ, ਬਾਪ ਤੋਂ ਲਿਆ ਖਰੀਦ, ਪੁੱਤਰ ਨੂੰ ਰਾਜੇ ਨੇ ਜਿੱਤ ਕੀਤੀ। ਲੈ ਆਇਆ ਪਹਿਲਾਂ ਵਿੱਚ ਉਸਨੂੰ ਦਿਲ ਚ ਰੱਖ ਪਤਨੀਤੀ। ਚਾਤਰ ਮਾਤਰ ਜਾਦੂ ਪੂਣੇ ਲੱਗੇ ਘਰ ਤੋਂ ਖੰਡੀ, ਮਜੂਠੀਆਂ ਵਧੀਆ ਦਾ ਭਾਪੜ ਕੌਣ ਕਰੂ ਅੰਗ ਠੰਡੀ। ਜਦੋਂ ਰਾਜਾ ਬੱਚੇ ਦੀ ਬਲੀ ਦੇਣ ਲੱਗਾ, ਕਹਿਣ ਲੱਗਾ, ਮਾਗੋਏ ਮਰਨ ਤੋਂ ਪਹਿਲਾਂ ਤੇਰੀ ਆਖਰੀ ਖਾਹਿਸ਼ ਕੀ ਹੈ? ਲੜਕੇ ਨਹੀਂ ਕਿਆ ਰੁਕ ਜਾ, ਰਾਜਾ ਦਿਲ ਦੀ ਆਸ ਅਧੂਰੀ, ਮੋੜਹਾਰੀ ਦੇ ਕਰਨੇ ਦਰਸ਼ਨ ਕਰਦੇ ਆਸਾ ਪੂਰੀ। ਬੋਲਿਆ ਰਾਜਾ ਗੱਲ ਸੁਣਾਂਗਾ ਸਾਰੀ, ਔਰ ਇਸਦਾ ਪੌੜਾ ਹਾਰੀ ਸੁਣਿਆ ਪਹਿਲੀ ਵਾਰੀ। ਅੱਗੇ ਬੱਚਾ ਕਹਿਣ ਲੱਗਾ, ਜੇ ਤੂੰ ਰਾਜਿਆ ਕਰਨੇ ਦਰਸ਼ਨ, ਬੈਠ ਮੇਰੇ ਕੋਲ ਆ ਕੇ, ਅੱਧੀ ਦੀਕ ਭਰਕੇ ਉੱਠੀ ਮੈਨੂੰ ਦਿਓਨੇ ਆ ਕੇ। ਸੋਚਾਂ ਵਿੱਚ ਮਨ ਪਾ
ਪਾਲੀ ਹੈ। ਕਿਹੜਾ ਕਿਹੜੀ ਪਿੰਡ ਤੇ ਭੰਗੜਾ ਪਾਉਣਾ ਦੱਸ ਦਿਓ। ਜੋਗੀਆ ਵਜੋਗੀਆ ਦੋ ਭੇਟਾਂ ਗਾ ਕੇ ਰਵਾਨਗੀ ਲੈਣੀ ਹੈ, ਕਿਉਂਕਿ ਅੱਗੇ ਵੀ ਪਹੁੰਚਣਾ ਬੜੀ ਦੂਰ ਦਾ ਲੰਬਾ ਸਫ਼ਰ ਹੈ। ਬਾਬਾ ਜੀ ਨੇ ਡਿਊਟੀ ਲਾਈ ਹੋਈ ਹੈ ਜੀ ਇੱਥੇ ਦਿੱਲੀ, ਉਸ ਤੋਂ ਬਾਅਦ ਪਠਾਨਕੋਟ, ਫਿਰ ਚੱਲ ਸੋ ਚੱਲ। ਜੇ ਤਾਂ ਭੰਗੜਾ ਪਾਉਣਾ ਫਿਰ ਮੈਂ ਗਾ ਦਿੰਦਾ, ਨਹੀਂ ਤਾਂ ਫਿਰ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਭੇਟਾਂ ਬਹੁਤ ਹਨ। ਭਾਈ ਜੀ ਨੇ ਭੰਗੜਾ ਪਾਉਣਾ, ਪਹਿਲੀ ਗੱਲ ਤਾਂ ਇਹ ਹੈ ਕਿ ਨਵਾਂ ਸਾਲ ਸ਼ੁਰੂ ਹੋ ਗਿਆ। ਕਲੱਬ ਦੇ ਜਿੰਨੇ ਵੀ ਮੈਂਬਰ ਨੇ ਭਾਈ ਪਹਿਲਾਂ ਮੇਰੇ ਕੋਲ ਆਓ, ਫਿਰ ਮੈਂ ਭੇਟ ਗਾਉਣੀ। ਆ ਜਾਓ ਸਾਰੇ ਜਣੇ। ਯਾਰ ਸਾਨੂੰ ਵੀ ਠੰਡ ਲੱਗਦੀ ਹੈ, ਕਮਾਲ ਹੋ ਗਈ। ਰਜਾਈਆਂ ਵਿੱਚੋਂ ਨਿਕਲੋ ਬਾਹਰ, ਰਜਾਈਆਂ ਇਕੱਠੀਆਂ ਕਰਕੇ ਸਾਈਡ ਤੇ ਰੱਖ ਦਿਓ। ਤੁਹਾਨੂੰ ਜੋਗੀ ਆ ਵਿੱਚ ਇਹਦਾ ਨਹੀਂ ਗਾਉਣਾ ਮੈਂ, ਇਹ ਭੇਟ ਭੰਗੜੇ ਵਾਲੀ ਹੈ। ਆ ਜਾ ਹੁਣ ਚੌਕੀ ਆਵੇ ਚੌਕੀ ਆਵੇ ਤੇਰੇ ਦਰਬਾਰ ਵਾਲੀ, ਚੌਕੀ ਆਵੇ ਚੌਕੀ
ਦੀ ਫਰਮਾਇਸ਼ ਫਿਰ ਕਿੱਦਾਂ ਕਹਿੰਦੇ ਕਿੱਦਾਂ ਪਾ ਦਿਓ ਇਹ ਕਿੱਦਾਂ ਹੁਣ ਸਾਰਿਆਂ ਨੇ ਖੜੇ ਹੋ ਕੇ ਪਾਉਣਾ ਉਸ ਤੋਂ ਬਾਅਦ ਅਰਦਾਸ ਕਿੱਦਾਂ ਸੁਣਨਾ ਅੱਜ ਸਾਰੀਆਂ ਮੇਰੀਆਂ ਭੈਣਾਂ ਕਿੱਦਾਂ ਪਾਉਂਦੀਆਂ ਬਹੁਤ ਸੋਹਣਾ ਵੀਰਾਂ ਨੂੰ ਕਿੱਦਾਂ ਸੋਹਣਾ ਭੈਣ ਜੀ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਸਾਡੀਆਂ ਮਾਤਾਵਾਂ ਬੈਠੀਆਂ ਨੇ ਕਿਉਂਕਿ ਪਰਿਵਾਰ ਜਿਹਨੂੰ ਖੁਸ਼ੀ ਆ ਨਵੇਂ ਸਾਲ ਦੀ ਉਹ ਰਜਾਈਆਂ ਵਿੱਚੋਂ ਉੱਠ ਕੇ ਬਾਹਰ ਆ ਜਾਓ ਖੜੇ ਹੋ ਜਾਓ ਯਾਰ ਆ ਜਾਓ ਸਾਰੇ ਕੋਈ ਵੀ ਬੰਦਾ ਇਹੋ ਜਿਹਾ ਬੈਠਣਾ ਨਹੀਂ ਚਾਹੀਦਾ ਖੜੇ ਹੋ ਜਾਓ ਕਿਉਂਕਿ ਭੰਗੜਾ ਤਾਂ ਭਾਈ ਖੜੇ ਹੋ ਕੇ ਪੈਣਾ ਮੈਨੂੰ ਭੰਗੜਾ ਨਹੀਂ ਪਾਉਣਾ ਆਉਂਦਾ ਨਹੀਂ ਤਾਂ ਮੈਂ ਤੁਹਾਨੂੰ ਕਹਿਣਾ ਨਹੀਂ ਸੀ ਧਰਮਿੰਦਰ ਦਾ ਸਾਰਾ ਮੇਰੇ ਤੇ ਭਾਈ ਕਮਾਲ ਹੋ ਗਈ ਯਾਰ ਮੈਨੂੰ ਕੀ ਗੱਲ ਮੈਂ ਤਾਂ ਚੱਲਿਆ ਮੈਨੂੰ ਲਗਾਤਾਰ ਇੱਕ ਮਹੀਨਾ ਹੋ ਗਿਆ ਫੁਕਾਈ ਜਾਂਦਾ ਫਿਰ ਵੀ ਥੱਕਿਆ ਨਹੀਂ ਤੁਸੀਂ ਇੱਕ ਰਾਤ 'ਚ ਥੱਕੇ ਪਰ ਫਿਰ ਵੀ ਲਾਓਗੇ ਕਹਿੰਦਾ ਤੁਸੀਂ ਸਹੀ ਭੈਣ ਜੀ ਕੀ ਗੱਲ ਤੁਹਾਨੂੰ ਖੁਸ਼ੀ ਨਹੀਂ ਉੱਥੋਂ ਸਾਰੀ ਉੱਥੋਂ ਆ ਜਾਓ ਉੱਥੇ ਖੜੀ ਆ ਜੀ ਸਾਰੇ ਕਲੱਬ ਦੇ ਨਾਤੇ ਇੱਥੇ ਆਓ ਸਰ ਉੱਠੋ ਅੱਖੇ ਚੋਲ ਗਈ ਆਓ ਸਾਰੇ ਜਣੇ ਆਰਤੀ ਤੋਂ ਬਾਅਦ ਆਰਤੀ ਕੀਤੀ ਜਾਊਗੀ ਜੀ ਇਹ ਤੋਂ ਬਾਅਦ ਆਰਤੀ ਹੈ ਉਸ ਤੋਂ ਪਹਿਲਾਂ ਭੰਗੜਾ 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 ਜੋਗਾ ਸਿੰਘ ਜੀ ਪੈਸੇ ਲੈ ਕੇ ਸਟੇਜ ਤੇ ਪਹੁੰਚ ਗਏ
ਦਰਬਾਰ ਸਾਹਿਬ, ਬਾਬੇ ਦੇ ਦਰਬਾਰ ਤੇ ਗੱਡੀ ਚੱਲੀ ਗੱਡੀ, ਔਰ ਗੱਡੀ ਕਿੱਦਾਂ ਚੱਲਣੀ ਚਾਹੀਦੀ ਹੈ ਨਾਰਾ ਵੇਖ ਭਗਤਾਂ ਦੀ ਮੋਟਰ ਚੱਲੀ ਬਾਬੇ ਦੇ ਦਰਬਾਰ
ਹਾਂਜੀ ਕਰੀਏ ਜੀ ਆਰਤੀ ਦੱਸੋ। ਮੇਰੇ ਬਾਬੇ ਦਾ ਚੁੰਮਟਾ, ਮੇਰੇ ਬਾਬੇ।
ਤਾੜੀ ਦੀ ਤਾੜੀ ਮੈਂ ਤੇ ਸੁਣਿਆ, ਮੈਂ ਤੇ ਸੁਣਿਆ, ਮੈਂ ਤੇ ਸੁਣਿਆ ਕਿ ਪੌੜਾ ਹਾਰੀ ਪੱਤਰ ਤੇ
Yeah.
ਸੱਚੇ ਦਰਬਾਰ ਕੀ ਜੈ। ਸੱਚੇ ਦਰਬਾਰ ਕੀ ਜੈ। ਬੋਲ ਸੱਚੇ ਦਰਬਾਰ ਕੀ ਜੈ। ਜੈਕਾਰਾ ਸ਼ਿਵ ਭੋਲੇ ਭੰਡਾਰੀ ਜੀ ਦਾ। ਬੋਲੀਏ ਸੱਚੇ ਦਰਬਾਰ ਕੀ ਜੈ। ਜੈਕਾਰਾ